ਸਮਝ ਲਓ ਕਿ ਮੈਂ ਹੁਣ ਆਪਣੀ ਸਟਰੈਂਥ ਇੰਕਰੀਜ਼ ਕਰਨਾ ਚਾਹੁੰਦਾ ਹਾਂ ਕਿਉਂਕਿ ਤੁਹਾਡੇ ਨਾਲ ਦੇਖ ਕੇ ਸਟਰੈਂਥ ਦੀ ਇੱਕ ਬਹੁਤ ਵੱਡੀ ਇਮੇਜ ਕ੍ਰੀਏਟ ਹੁੰਦੀ ਆ ਹਾਂਜੀ ਕਿ ਤੂਰ ਭਾਜੀ ਕੀ ਆ ਸਟਰੈਂਥ ਦੀ ਇਮੇਜ ਆ ਇੱਕ ਸੋ ਜਸਟ ਤੁਹਾਡੇ ਐਕਸਪੀਰੀਅੰਸ ਤੋਂ ਜੇ ਮੇਰੇ ਵਰਗਾ ਬੰਦਾ ਕੋਈ ਵੀ ਸਟਰੈਂਥ ਟ੍ਰੇਨਿੰਗ ਕਰਨਾ ਚਾਹੁੰਦਾ ਆ ਸਟਰੈਂਥ ਇੰਕਰੀਜ਼ ਕਰਨਾ ਚਾਹੁੰਦਾ ਸੇਫਲੀ ਤੇ ਕੁਝ ਟਿਪਸ ਉਹਨੂੰ ਦੇਣਾ ਚਾਹੋਗੇ ਤੇ ਕੀ ਦੋਗੇ ਤੁਸੀਂ ਟਿਪਸ ਇਹ ਆ ਵੀ ਜਿਵੇਂ ਥੋੜਾ ਜਿਹੜਾ 80% weight ਦੇ ਰੈਪੀਟੀਸ਼ਨ 90% weight ਦੇ ਰੈਪੀਟੀਸ਼ਨ ਕਰੋ ਵੱਧ ਜਿਵੇਂ ਮੰਨ ਲਓ ਤੁਹਾਡੀ 100 ਕਿਲੋ ਦੀ ਬੈਂਚ ਆ 80 ਕਿਲੋ ਦੇ 4-4 ਦੇ ਰੈਪੀਟੀਸ਼ਨ ਦੇ ਮਤਲਬ 6-6 ਰੈਪੀਟੀਸ਼ਨ ਦੇ ਲਾ ਸਕਦੇ ਹੋ ਜਾਂ 4-4 ਲਾ ਸਕਦੇ ਹੋ ਉਹਦੇ 3-4 ਸੈੱਟ ਕਰੋ ਤੁਸੀਂ ਦੇਖੋ ਦਿਨਾਂ ਜੀ ਤੁਹਾਡੀ ਇੰਪਰੂਵਮੈਂਟ ਹੋ ਜਾਊਗਾ ਇਸ ਆਪਾਂ ਹਰ ਵਾਰੀ 100 ਚੱਕਰ ਨੂੰ ਨਹੀਂ ਜਾਣਾ ਹਾਂ ਆਪਾਂ ਉਥੇ ਜਿਹੜਾ ਉਹਦੋਂ ਅਸੀਂ 85% weight ਦੇ ਰੈਪੀਟੀਸ਼ਨ ਤੇ ਸੈੱਟ ਲਾਉਂਦੇ ਹਾਂ ਸੀ ਪਰਸੈਂਟ ਇਦਾਂ ਐਗਜ਼ਾਮਪਲ ਤੌਰ ਤੇ ਜੇ ਮੈਂ 100 ਕਿਲੋ ਦਾ ਸਿਰਫ ਇੱਕ ਰੈਪ ਲਾ ਪਾਉਣਾ ਆ ਤਾਂ ਫਿਰ ਮੁੰਡਾ 80% ਐਗਜ਼ਾਮਪਲ 80 ਕਿਲੋ ਦੇ ਮੈਂ ਤਿੰਨ ਚਾਰ ਲਾ ਪਾਵਾਂਗਾ ਤੇ ਮੈਂ 100 ਦੇ ਇੱਕ ਇੱਕ ਲਾਂ ਤੇ ਫੋਕਸ ਘੱਟ ਕਰਾਂ 80 ਦੇ ਚਾਰ ਤੋਂ ਮੈਂ ਹਾਂ ਉ ਉਦਾ ਮਤਲਬ ਵਰਕ ਦੋਨੋਂ ਹੀ ਕਰਨਾ ਮਤਲਬ ਜਦੋਂ ਤੁਹਾਨੂੰ ਲੱਗਦਾ ਵੀ ਦੋ ਤਿੰਨ ਵੀਕ ਛੋਟੇ ਇਹ ਰੈਪੀਟੀਸ਼ਨ ਹੋ ਗਏ ਆ ਫਿਰ ਇੱਕ ਅਦਾ ਵੀਕ ਇਦਾਂ ਦਾ ਰੱਖੋ ਵੀ ਜਿਹਦੇ ਵਿੱਚ ਤੁਸੀਂ ਅੱਪ ਜਾਓ ਮੈਕਸਿਮਮ ਨੂੰ ਵੀ ਟੱਚ ਕਰੋ ਓਕੇ ਹਾਂ ਠੀਕ ਹੈ ਭਾਈ ਤੇ ਜਿਹੜਾ ਤੁਸੀਂ ਡੰਬਲ ਡੰਬਲ ਇਹ ਲਾਉਂਦੇ ਕਿ ਮੈਂ ਦੇਖੀ ਨਹੀਂ ਡੰਬਲ ਮੈਂ ਇੱਕ ਇੱਕ ਤਰੀਕੇ ਦੀ ਲ ओके हां ਬਾਲੇ ਨਹੀਂ ਕਰਦਾ ਮੈਂ ਦੇਖਿਆ ਇੱਕ ਵੀਡੀਓ ਤੁਸੀਂ ਉਹ ਭਾਜੀ ਹੁਣੇ ਲੱਗੇ ਸੀ ਕਿ ਮਾਹ ਚੱਕ ਕੇ ਡੰਬਲ ਲੈ ਕੇ ਨਹੀਂ ਉਹ ਉਹ ਐਕਚੁਅਲ ਚ ਚੱਕ ਮੈਂ ਆਪ ਹੀ ਲੈਣਾ ਹੂੰ ਉਹ ਮਤਲਬ ਉਹ ਇੱਕ ਆਪ ਦੇ ਆ ਸੇਫਟੀ ਵਾਸਤੇ ਨਹੀਂ ਮੈਂ ਚੱਕਦਾ ਕਿਉਂਕਿ ਜੇ ਤੂੰ ਹੈਵੀ ਚੱਕ ਤੂੰ ਤੁਹਾਡੇ ਬੈਗ ਤੇ ਜਾਂ ਕਿਤੇ ਕੋਈ ਖਿੱਚ ਪੈ ਜੇ ਤਾਂ ਤੁਹਾਡੇ ਇੱਕ ਹਫਤਾ ਜਾਂ 10 ਦਿਨ ਇਦਾਂ ਹੀ ਖਰਾਬ ਹੋ ਜਾਣਗੇ ਉਹਨਾਂ ਦੋ ਬੰਦੇ ਨਾ ਮਾਹੇ ਚੱਕ ਕੇ ਲੈ ਕੇ ਆਉਂਦੇ ਦੋ ਬੰਦੇ ਇੱਕ ਡੰਬਲ ਚੱਕ ਕੇ ਲੈ ਕੇ ਆਉਂਦੇ ਇੱਕ ਮਸਾਜਰ ਸੀ ਇੱਕ ਜਿਊਸ ਸੀ ਉਹ ਇਦਾਂ ਚੱਕ ਕੇ ਲੈ ਕੇ ਆਏ ਭਾਈ ਨੇ ਮੂੰਹ ਕੀ ਸੋੜਦੇ ਜਾ ਲੈ ਜਾਓ ਤੇ ਪਾਵਰਫੁਲ ਅਪੀਲ ਹੁੰਦਾ ਭਾਜੀ ਹਾਂਜੀ ਨਹੀਂ ਜਿਹੜਾ ਸ਼ਾਰਟ ਪੁੱਟ ਆ ਨਾ ਈਵੈਂਟ ਜਾਂ ਗੋਲਾ ਜੀ ਨੂੰ ਆਪਾਂ ਸਿੱਟਣਾ ਕਹਿ ਦਿੰਨੇ ਆ ਇੱਕ ਪਾਵਰ ਵਾਲਾ ਈਵੈਂਟ ਹੈ ਇਹ ਇਹਦੇ ਵਿੱਚ ਤੁਹਾਨੂੰ ਪਾਵਰ ਵੀ ਜਾਈ ਪੂਰੀ ਵਧੀਆ ਤਰੀਕੇ ਵਾਲੀ ਪਾਵਰ ਜਾਈਦੀ ਹੈ ਹਾਂਜੀ ਫੇਰ ਹੀ ਤੁਸੀਂ ਮਤਲਬ 5.5 7 ਕਿਲੋ ਦਾ ਗੋਲਾ ਫੇਰ ਹੀ ਸਿੱਤੋਗੇ ਭਾਈ ਮੀਟਰ ਦੂਰ ਹਾਂ ਓਕੇ ਭਾਜੀ ਹੁਣ ਗੱਲ ਆਉਂਦੀ ਪਈ ਸੀਗੀ ਵਰਕਆਊਟ ਦੀ ਹਨਾ ਗੱਲ ਆਉਂਦੀ ਪਈ ਆ ਡਾਈਟ ਦੀ ਤੇ ਅੱਗੇ ਹੁਣ ਤੁਸੀਂ ਕੀ ਸੋਚਦੇ ਹੈਗੇ ਹਾਂਜੀ ਲਾਈਕ 올림픽ਸ ਗੇਮਸ ਤੇ ਹੈਗੀਆਂ ਹੈਗੀਆਂ ਨੇ ਬਟ ਇੱਕ ਦਿਨ ਆਪਾਂ ਸਾਰੀ ਚੀਜ਼ਾਂ ਨੂੰ ਤਿਆਗਣਾ ਵੀ ਆ ਹਾਂਜੀ ਗਾਂ ਵੀ ਜਾਣਾ ਆ ਹਾਂਜੀ ਓਦਾਂ ਦੀ ਲਾਈਫਟਾਈਮ ਬਾਰੇ ਕਦੀ ਦਿਮਾਗ 'ਚ ਆਉਂਦਾ ਆ ਸੋਚਦੇ ਉਹਨੇ ਚੀਜ਼ਾਂ ਬਾਰੇ ਮੇਰਾ ਇਦਾਂ ਹੀ ਆ ਜੀ ਮੈਂ ਸਪੋਰਟਸ ਨਾਲ ਜੁੜੇ ਰਹਾ ਮੈਂ ਵੀ ਮੈਂ ਜਦੋਂ ਆਪਣੇ ਗੇਮ ਛੱਡਾ ਮੈਂ ਕੋਚਿੰਗ 'ਚ ਆ ਜਾ ਓਕੇ ਬਈ ਬਾਲਿਆ ਨਹੀਂ ਤਾਂ 2-4 ਐਥਲੀਟ ਤਾਂ ਵੀ ਮੈਂ ਤਿਆਰ ਕਰਾਂ ਵੀ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਹੋਣ ਜਦੋਂ ਤੁਸੀਂ ਉਹ 2-4 ਐਥਲੀਟ ਤਿਆਰ ਕਰਨ ਦੇ ਹੋਵੋਗੇ ਤੁਸੀਂ ਉਹਨਾਂ ਲਈ ਕਿਹੋ ਜਿਹਾ ਮਾਹੌਲ ਬਣਾਉਣਾ ਚਾਹੋਗੇ ਕਿਹੜੀਆਂ-ਕਿਹੜੀਆਂ ਸਹੂਲਤਾਂ ਜਿਨ੍ਹਾਂ ਨੂੰ ਤੁਸੀਂ ਕਿਤੇ ਨਾ ਕਿਤੇ ਘੱਟ ਫੀਲ ਕੀਤਾ ਜਾਂ ਤੁਸੀਂ ਸੋਚਦੇ ਹੋ ਕਿ ਯਾਰ ਸ਼ਾਇਦ ਮੇਰੇ ਤੋਂ ਹੁੰਦੀ ਤੇ ਮੈਂ ਹੋਰ ਜ਼ਿਆਦਾ ਐਕਸੈਲ ਕਰ ਪਾਉਣਾ ਸੀ ਤੇ ਉਹਨਾਂ ਲੋਕਾਂ ਨੂੰ ਤੁਸੀਂ ਦੇਣ ਦੀ ਕੋਸ਼ਿਸ਼ ਕਰੋਗੇ ਜਿੱਦਾਂ ਸਟਾਰਟਿੰਗ ਦੇ ਵਿੱਚ ਅਸੀਂ ਮੇਰੇ ਕੋਲ ਇੱਕ ਪੈਂਟ ਹੁੰਦੀ ਸੀਗੀ ਮੈਂ ਸਿਰਫ ਇੱਕ ਪੈਂਟ ਨਾਲ ਹੀ ਕਿਤੇ ਜਾਣਾ ਵਿਆਹ ਸ਼ਾਦੀ ਉਹ ਹੀ ਕਿਉਂਕਿ ਆਪਾਂ ਸਾਰੇ ਨਾਰਮਲ ਘਰਾਂ ਚ ਉੱਠੇ ਹਾਂ ਜੇ ਹੁਣ ਸਪਲੀਮੈਂਟ ਲੈਣਾ 6-7 ਹਜ਼ਾਰ ਦਾ ਡੱਬਾ ਮਤਲਬ ਇੱਕ ਮਹੀਨੇ ਦੀ ਆਪਾਂ ਸਪਲੀਮੈਂਟ ਲਾ ਲਈਏ 30-40000 ਰੁਪਏ ਦੇ ਨਾਰਮਲ ਆਉਂਦੇ ਆ। ਵੀ ਮੈਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਇਹ ਬਰਡਨ ਉਹਨਾਂ ਤੇ ਨਾ ਪਵੇ। ਮਤਲਬ ਸਪான்ਸਰ ਲਿਆ ਕੇ ਜਾਂ ਕਿਤੋਂ ਹੋਰ ਤਰੀਕੇ ਨਾਲ ਸਾਈਜ ਹੋ ਜਾਂ ਕਿਤੋਂ ਵੀ ਹੈ ਨਾ ਇਹ ਚੀਜ਼ਾਂ ਵੀ ਮੈਂ ਰੱਖੂੰਗਾ ਵੀ ਦੁਨੀਆ ਸਾਰੀ 1 ਕਰੋੜ ਰੁਪਏ ਦੇਖਦੀ ਆ ਜਾਂ ਫਿਰ ਜੋ ਤੁਸੀਂ ਪ੍ਰਾਪਤ ਕੀਤਾ ਆ ਇੰਨਾ ਕੁਝ ਕਰਨ ਤੋਂ ਬਾਅਦ ਉਹਨੂੰ ਦੇਖਦੀ ਆ। ਤੁਸੀਂ ਕਿੰਨੇ ਇੱਕ ਵਾਰ ਆਪਾਂ ਮਾੜੀ ਜੀ ਕੈਲਕੂਲੇਸ਼ਨ ਕਰੀਏ ਹਲਕੀ ਜੀ। ਤੁਸੀਂ ਪ੍ਰੋਫੈਸ਼ਨਲੀ ਕਿੰਨੇ ਕਿਹੜੇ ਸਾਲ ਤੋਂ ਖੇਲਣਾ ਸ਼ੁਰੂ ਕੀਤਾ ਮੈਂ 2006 ਤੋਂ ਸ਼ੁਰੂ ਕੀਤਾ ਓਕੇ ਤੇ ਉਹਦਾ ਮਤਲਬ ਜਿਹੜਾ ਜ਼ਿਆਦਾ ਖਰਚਾ ਹੋਣ ਲੱਗਿਆ 2012-13 ਤੋਂ ਬਾਅਦ ਹੋਣ ਲੱਗੇ ਸੋ ਅੱਜ 2023 ਹੈ ਨਾ ਹਾਂਜੀ ਚੱਲਦਾ ਪਿਆ 10 ਸਾਲ 10-11 ਸਾਲ ਆ ਲਈ ਆਪਾਂ 10 ਸਾਲ ਆ ਲਈਏ ਸੋ 12 ਮਹੀਨੇ ਤੁਸੀਂ ਦੱਸ ਦੇਵੇ 60000 ਰੁਪਏ ਮੋਟਾ-ਮੋਟਾ ਜਾਂਦਾ ਹੈ ਤੇ ਇਹ 1100000 300000 ਲੱਖ ਲੱਖ ਕਿੰਨਾ ਖਰਚ ਆ ਗਿਆ ਭਾਜੀ 76 ਲੱਖ ਰੁਪਏ ਖਰਚਾ ਹਾਂਜੀ ਆਉਂਦਾ ਪਿਆ ਹੈ ਹਾਂਜੀ ਤੇ ਇਹ ਖਰਚਣ ਤੋਂ ਬਾਅਦ ਜਾ ਕੇ ਕਿਤੇ ਨਾ ਕਿਤੇ ਸਾਡੀ ਮੁੱਲ ਜਿਹੜਾ ਪੈਂਦਾ ਆ ਹਾਂਜੀ ਤੇ ਆਪਾਂ ਬਸ ਉਹ ਦੇਖਦੇ ਪਏ ਹੈਗੇ ਨੀ ਇਹਦੇ 1 ਕਰੋੜ ਦੇ ਪਿੱਛੇ ਦਾ ਜਿਹੜਾ ਸਫਰ ਆ ਉਹ ਤੁਸੀਂ ਦੇਖੋ ਨਾ 1 ਕਰੋੜ ਪੂਰਾ ਤਾਂ ਨਹੀਂ ਮਿਲਣਾ ਭਾਜੀ ਕੁਝ ਟੈਕਸਟ ਵਿੱਚ ਮਟ ਜਾਊਗਾ ਨਹੀਂ ਇਹ ਪੂਰਾ ਹੀ ਆ ਜੀ ਇਹ ਪੂਰਾ ਮਿਲਣਾ ਹਾਂਜੀ ਇਹ ਪੂਰਾ ਮਿਲਦਾ ਹੀ ਓਕੇ ਹੁਣ ਤੁਸੀਂ ਇਹ ਇਹ ਤੋਂ ਪਿਛਲਾ ਸਫਰ ਦੇਖੋ ਜੀ ਮੇਰਾ 10 ਸਾਲ ਜਾਂ 15 ਸਾਲ ਤੋਂ ਪਹਿਲਾਂ ਮੈਂ ਆਪਦਾ ਪਿਓ ਘੁਮਾਇਆ ਜੀ ਮੇਰੇ ਪਿਓ ਦਾ ਆਪਰੇਟ ਹੋ ਰਿਹਾ ਸੀਗਾ ਡੀ ਐਮ ਸੀ ਸੀ ਜੀ ਉਹਨਾਂ ਨੂੰ ਕੈਂਸਰ ਡਿਟੈਕਟ ਹੋਇਆ ਪਹਿਲੀ ਵਾਰ 12 ਦੇ ਵਿੱਚ 13 ਦੇ ਤੇ ਡੈਡੀ ਦਾ ਆਪਰੇਸ਼ਨ ਹੋ ਰਿਹਾ ਮੈਂ ਗਰਾਊਂਡ ਦੇ ਵਿੱਚ ਆਈ ਤੇ ਹੁਣ ਫਿਰ ਉਸ ਤੋਂ ਬਾਅਦ ਡਿਟੈਕਟ ਹੋਇਆ ਕੈਂਸਰ 2016 ਜੀ ਤੇ ਮੇਰੀ ਮਦਰ ਤੇ ਜਾਂ ਮੇਰੇ ਦੋਸਤ ਦਵਾਈ ਲੈਣ ਜਾਂਦੇ ਹੁੰਦੇ ਸੀਗੇ ਮੈਂ ਗਰਾਊਂਡ ਚ ਹੁੰਦਾ ਸੀਗਾ ਜੀ ਮੈਂ ਪਹਿਲੀ ਗਵਾਈ 2 ਕਿੱਲੇ ਪਹਿਲੀ ਗਵਾਈ ਮਤਲਬ ਬਹੁਤ ਆ ਹੁਣ ਜੇ ਆਪਾਂ ਦੱਸਣ ਬੈਠ ਜਾਈਏ ਤਾਂ ਸਟ੍ਰਗਲ ਬਹੁਤ ਕਰਨੀ ਪੈਂਦੀ ਆ ਬੇਰੀ ਬੰਦਾ ਪਾ ਜੀ ਤੇ ਸੁਣਨਾ ਚਾਹੁੰਦੇ ਆਪਾਂ ਚਲੋ ਭਾਜੀ ਤਾਂ ਨੂੰ ਦਰਦ ਫਰੋਲ ਨੇ ਪਟੋ ਸਾਰਾ ਕੁਝ ਇੱਕ ਗੋਲ ਵਾਸਤੇ ਪਰ ਇਹਦੇ ਵਿੱਚ ਐ ਸੀਗਾ ਜੀ ਮੇਰੀ ਫੈਮਿਲੀ ਨੂੰ ਪਤਾ ਸੀ ਮੈਨੂੰ ਪਤਾ ਸੀ ਮੈਂ ਸਹੀ ਟਰੈਕ ਤੇ ਜਾ ਰਿਹਾ ਹੁਣ ਕਈ ਬੰਦੇ ਕਹਿਣ ਲਾ ਮਤਲਬ ਹੁੰਦੇ ਪਿੰਡਾਂ ਦੇ ਕਹਿਣ ਵਾਲੇ ਬਈ ਇਹਦੇ ਕੁਝ ਕਰਦਾ ਨਹੀਂ ਹੈਗਾ ਇਹ ਗਰਾਉਂਡ ਚੱਕਦਾ ਮੋਟਰਾ ਗਰਾਉਂਡ ਤੁਰਿਆ ਫਿਰਦਾ ਪਰ ਮੈਨੂੰ ਪਤਾ ਸੀ ਵੀ ਮੈਂ ਸਹੀ ਟਰੈਕ ਤੇ ਜਾ ਰਿਹਾ ਵੀ ਜਿਵੇਂ ਇੰਨਾ ਗੋਲਾ ਇੱਥੇ ਮਾਰੂੰਗਾ ਤਾਂ ਮੈਂ ਮੈਡਲ ਲਵਾਂਗਾ ਤਾਂ ਮੈਨੂੰ ਨੌਕਰੀ ਵੀ ਮਿਲੂ ਮੈਨੂੰ ਸਾਰਾ ਕੁਝ ਉੱਤੇ ਹਾਸਲ ਹੋਊਗਾ ਮੇਰੀ ਫੈਮਿਲੀ ਨੂੰ ਵੀ ਪਤਾ ਸੀ ਮੇਰੇ ਡੈਡੀ ਨੇ ਅੱਜ ਤਾਈਂ ਇੱਕ ਵਾਰ ਨਹੀਂ ਕਿਹਾ ਵੀ ਤੂੰ ਮੇਰੇ ਨਾਲ ਦਵਾਈ ਲੈਣ ਚੱਲ। ਮੇਰਾ ਮੇਰੀ ਮੰਮੀ ਨੇ ਕਦੇ ਕਿਹਾ ਜੀ ਸਾਰਾ ਇਹ ਆਪ ਹੀ ਦੇਖਦੇ ਸੀ। ਚੈਂਪੀਅਨ ਮਾਈਂਡਸੈਟ ਬਣਾਉਣਾ ਪੈਂਦਾ ਹੈ। ਹੁਣੇ ਤੂੰ 2018 'ਚ ਮੇਰਾ ਏਸ਼ੀਅਨ ਗੇਮ 'ਚ ਪਹਿਲਾ ਮੈਡਲ ਆਇਆ ਜੀ। ਮੇਰੇ ਡੈਡੀ ਪੰਜ ਗੁੱਲੇ ਹਸਪੀਟਲ ਆਈ ਸੀ ਯੂ 'ਚ ਪਏ ਸੀਗੇ। ਮੈਨੂੰ ਕਿਸੇ ਨੇ ਨਹੀਂ ਦੱਸਿਆ ਜੀ। ਮੈਨੂੰ ਐਂ ਐਂ ਕਹਿ ਰਹੇ ਵੀ ਨਾਰਮਲ ਬਿਮਾਰ ਹੋਇਆ ਪਰ ਮੇਰਾ ਮੈਨੂੰ ਐ ਸੀਗਾ ਵੀ ਮੈਂ ਮੈਡਲ ਲੈ ਆ ਕੇ ਡੈਡੀ ਦੇ ਗਲੇ 'ਚ ਪਾਉਂਗਾ ਵੀ ਇਹ ਥੋੜੀ ਬਦੌਲਤ ਆਇਆ। ਵੀ ਜੇ ਤੁਸੀਂ ਮੈਨੂੰ ਆਪਦੇ ਨਾਲ ਲੈ ਕੇ ਤੁਰੇ ਫਿਰਦੇ ਰਹਿੰਦੇ ਤਾਂ ਮੈਡਲ ਨਹੀਂ ਸੀ ਹੋਣਾ ਤੇ ਮੈਂ 에어ਪੋਰਟ ਦਿੱਲੀ ਉੱਤਰਦਾ ਤੇ ਮੈਨੂੰ ਪਤਾ ਲੱਗਦਾ ਵੀ ਡੈਡੀ ਐਕਸਪਾਇਰ ਹੋ ਗਏ ਉਹ ਬੰਦਾ ਹੁਣ ਉੱਥੇ ਕਿਸੇ ਨੂੰ ਦੱਸ ਨਹੀਂ ਸਕਦਾ ਜੀ ਉਹ ਹਲੇ ਵੀ ਮੈਂ ਕਈ ਵਾਰ ਨਾ ਇੱਕ ਬੰਦਾ ਖਿਆਲਾਂ 'ਚ ਖੋਇਆ ਨਾ ਰਾਤ ਨੂੰ ਮੈਂ ਸੌਣ ਲੱਗੇ ਬਸ ਸੌਂ ਜਾਂਦਾ ਪਿਛਲੀਆਂ ਜਿਹੜੀਆਂ ਮੈਮਰੀਜ਼ ਹੁੰਦੀਆਂ ਮੈਂ ਖਿਆਲਾਂ 'ਚ ਮਤਲਬ ਜੋ ਜਾਨਾ ਪਿਛਲੇ ਟਾਈਮ 'ਚ ਤੁਮ ਨੂੰ ਵਧੀਆ ਮਹਿਸੂਸ ਜਾਂ ਹੁੰਦਾ ਏ ਉਹ ਇਹ ਚੀਜ਼ਾਂ ਕਿਸੇ ਨੂੰ ਨਹੀਂ ਪਤਾ ਉਹ 1 ਕਰੋੜ ਰੁਪਈਆ ਦਾ ਇਹਨਾਂ ਨੂੰ ਦੇ ਗਿਆ ਕਿ ਭਾਈ ਨੇ ਕੀ ਲੈਣਾ ਕੀ ਨਹੀਂ ਲੈਣਾ ਕੀ ਹੋ ਗਿਆ ਕੀ ਹੋਇਆ ਕੋਈ ਗੱਲ ਨਾ ਚੜਦੇ ਇਹਨੂੰ ਸਾਰੇ ਸਲਾਮ ਕਰਦੇ ਆ ਬਟ ਕਮਿੰਗ ਬੈਕ ਟੂ ਕੋਚਿੰਗ ਭਾਜੀ ਇੱਕ ਤਾਂ ਹੋ ਗਿਆ ਕਿ ਆਪਾਂ ਨੂੰ ਫੋਕਸ ਬਾਤ ਨੂੰ ਇਨਾਮ ਦੇਣ ਦੇ ਨਾਲ ਨਾਲ ਉਹਨਾਂ ਦੀ ਪ੍ਰੈਪਰੇਸ਼ਨ ਤੇ ਦੇਣ ਦੀ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਜੋ ਕਿ ਅੱਜ ਕੱਲ੍ਹ ਚੱਲਦਾ ਵੀ ਪਿਆ ਹੈ ਬਟ ਹੋਰ ਜ਼ਿਆਦਾ ਵਧੀਆ ਹੋ ਸਕਦਾ ਹੈ ਠੀਕ ਹੈ ਹੋਰ ਕੀਤੀ ਜ਼ਰੂਰ ਲੋਗੇ ਉਹਨਾਂ ਨੂੰ ਦੇਣੀਆਂ ਉਹਨਾਂ ਨੂੰ ਪ੍ਰੋਵਾਈਡ ਕਰਨੀਆਂ ਜਿਹੜੇ ਉਹਨਾਂ ਨੂੰ ਚੈਂਪੀਅਨ ਬਣਾਉਂਦਾ ਮਤਲਬ ਕਿ ਪੰਜਾਬ ਭਾਜੀ ਮਤਲਬ ਮੈਂ ਕੁੱਲ ਮਿਲਾ ਕੇ ਇਹ ਹੈ ਜੀ ਸਿਸਟਮ ਵੀ ਉਹਨਾਂ ਨੂੰ ਇੱਕ ਵਧੀਆ ਪਲੇਟਫਾਰਮ ਤਿਆਰ ਕਰਕੇ ਦਊਗਾ ਦੇਣਾ ਚਾਹੂੰਗਾ ਵੀ ਜਿੱਥੇ ਉਹਨਾਂ ਨੂੰ weight training ਸੈਟ ਤੋਂ ਲੈ ਕੇ ਆਪਣਾ ਸੋਨਾ ਬਾਸ ਟੀਮ ਬਾਸ ਉਹਨਾਂ ਨੂੰ ਇੱਕੋ ਜਗ੍ਹਾ 'ਚ ਮਿਲ ਜੇ ਇਹ ਚੀਜ਼ਾਂ ਦਾ ਮਤਲਬ ਉਹ ਟ੍ਰੇਨਿੰਗ ਕਰਨ ਜਿਹਨੂੰ ਲੱਗਦਾ ਬੋਡੀ ਟਾਇਰਡ ਆ ਆ ਦਾ ਸਟੀਮ ਸੋਨਾ ਬਾਤ ਕਰਕੇ ਵਧੀਆ ਰਿਲੈਕਸ ਹੋਣਾ ਇਹ ਚੀਜ਼ਾਂ ਸਾਰਾ ਇੱਕ ਕੰਪਲੈਕਸ ਇਹ ਬਹੁਤ ਨਿੱਕ-ਨਿੱਕੀ ਜਗ੍ਹਾ ਤੇ ਖੋਲਣਾ ਚਾਹੀਦਾ ਮਤਲਬ ਤੁਸੀਂ ਇੱਕ ਇਹ ਚੀਜ਼ ਦੇਖੋ ਸਪੋਰਟਸ ਕਾਲਜ ਆਪਣਾ ਪਹਿਲਾਂ ਕਿੰਨਾ ਸੀਗਾ ਜੀ ਅੱਜ ਤੋਂ 20 25 ਸਾਲ ਕਿੰਨੀਆਂ ਗੇਮਾਂ ਹੁੰਦੀਆਂ ਸੀ ਅੱਜ ਦੇ ਟਾਈਮ ਤੇ ਦੇਖ ਲਓ ਉੱਥੇ ਬਹੁਤ ਘੱਟ ਆ ਇਹ ਚੀਜ਼ਾਂ ਮਨਨਾਂ ਸਰਕਾਰ ਨੂੰ ਵੀ ਸੋਚਣੀਆਂ ਚਾਹੀਦੀਆਂ ਜਿਹੜੇ ਪੁਰਾਣੇ ਸੈਂਟਰ ਹਨ ਉਹਨਾਂ ਨੂੰ ਡਵੈਲਪ ਕਰਨਾ ਚਾਹੀਦਾ ਮਤਲਬ ਜਿਹੜੀਆਂ ਜਿਹੜੀਆਂ ਗੇਮਾਂ ਉੱਥੇ ਸੀਗੀਆਂ ਉਹ ਉਨੀਆਂ-ਉਨੀਆਂ ਉੱਥੇ ਸੀਟਾਂ ਦੇ ਕੇ athletes ਰੱਖਣੇ ਸਹੀ ਨੇ ਮੈਨੂੰ ਤੁਹਾਡੀ ਗੱਲ ਤੋਂ ਯਾਦ ਆਇਆ ਮੈਨੂੰ ਮੈਂ ਜੱਸੇਵੱਟੀ ਭਾਈ ਨਾਲ ਇੱਕ ਵਾਰੀ ਦੀ ਗੱਲਬਾਤ ਹੁੰਦੀ ਵੀ ਸਾਡੀ ਉਹਨਾਂ ਨੇ ਜ਼ਿਕਰ ਕੀਤਾ ਇੱਕ ਸੱਜਣ ਦਾ ਐਮਐਸ ਖੁੱਲਰ ਜੀ ਸੀਗੇ ਹਾਂਜੀ ਜਲੰਧਰ ਤੋਂ ਹਾਂਜੀ ਆਈ ਥਿੰਕ ਡੀਜੀਪੀ ਲੈਵਲ ਤੋਂ ਰਿਟਾਇਰ ਹੋਏ ਨੇ ਉਹ ਉਹਨਾਂ ਨੇ ਕਹਿੰਦੇ ਕਿ ਜੋ ਪੀਏਪੀ ਕੰਪਲੈਕਸ ਬਣਾਤਾ ਜੋ ਕਰ ਗਏ ਹਾਂਜੀ ਬਸ ਉਸ ਤੋਂ ਬਾਅਦ ਨਹੀਂ ਕੁਝ ਹੋਇਆ ਐਂਡ ਉਹੀ ਉਹ ਪਰਸਨ ਸੀਗਾ ਜਿਨ੍ਹਾਂ ਨੇ ਰੈਸਲਰਸ ਨੂੰ ਅਲਾਉ ਕੀਤਾ ਕਿ ਤੁਸੀਂ ਹੁਣ ਪੁਲਿਸ ਦੇ ਵਿੱਚ ਤੁਸੀਂ ਨੌਕਰੀ ਉਸ ਉਹਨਾਂ ਨੇ ਉਹਨਾਂ ਲਈ ਰਸਤਾ ਖੋਲ੍ਹਿਆ ਉਹਨਾਂ ਦੇ ਰਸਤਾ ਖੁੱਲਿਆ ਯੂਪੀ ਦੇ ਹਰਿਆਣੇ ਦੇ ਲੋਕ ਆ ਕੇ ਪੰਜਾਬ ਦੇ ਵਿੱਚ ਨੌਕਰੀਆਂ ਕਰਦੇ ਸੀਗੇ ਉਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਇਹ ਕੰਮ ਕੀਤਾ ਸੋ ਕਹਿਣ ਦਾ ਭਾਵ ਕਿ ਲੋਕ ਹੈਗੇ ਬਟ ਬਹੁਤ ਥੋੜੇ ਆ ਦੂਜੇ ਪਾਸੇ ਨਸ਼ਾ ਹਾਂਜੀ ਡਰੱਗਸ ਠੀਕ ਆ ਜੋ ਵੀ ਚੀਜ਼ਾਂ ਸਾਨੂੰ ਡਿਸਟਰੈਕਟ ਕਰਦੀਆਂ ਨੇ ਉਹ ਇੰਨੀਆਂ ਈਜ਼ੀਲੀ ਅਵੇਲੇਬਲ ਹਨਾ ਇੱਕ ਯੂਥ ਨੇ ਜੇ ਇਹੋ ਜਿਹਾ ਕੰਪਲੈਕਸ ਜਾਣਾ ਨਾ ਤੇ ਆਪਣੇ ਪਿੰਡ ਨਹੀਂ ਆਪਣੇ ਡਿਸਟ੍ਰਿਕਟ ਚ ਵੀ ਸ਼ਰ ਨਾ ਲੱਭੇ ਬਟ ਜੇ ਉਹਨੇ ਕਿਹੇ 네ਗੇਟਿਵ ਜਗਾ ਜਾਣਾ ਉਹ ਤਾਂ ਹਰ ਤਾਈ ਬਾਹਰ ਹੀ ਕਰੋ ਬਾਹਰ ਨਿਕਲੋ ਹਰ ਤਰ੍ਹਾਂ ਤੁਹਾਨੂੰ ਬੰਦਾ ਮਿਲ ਜਾਂਦਾ ਠੀਕ ਆ ਕੋਈ ਨਹੀਂ ਤੁਹਾਨੂੰ ਕਹਿੰਦਾ ਕਿ ਚਲ ਹਨਾ ਕਿ ਜਿੱਦਾਂ ਹੁਣ ਬਾਈ ਨੇ ਗੱਲ ਕਹੀ ਸੀ ਪੱਟੀ ਜੱਸੇ ਪੱਟੀ ਬਾਈ ਨੇ ਬਈ ਉਹ ਉਦੋਂ ਸੀਗੀਆਂ ਉਹ ਹੁਣ ਅਪਗ੍ਰੇਡ ਕਰਨੀਆਂ ਚਾਹੀਦੀਆਂ ਉਹਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ ਉਹ ਬਾ ਉੱਥੇ ਰਹਿ ਗਈਆਂ ਵਾ ਉੱਥੇ ਹੀ ਹੁਣ ਉਹਨਾਂ ਨੇ ਖਤਮ ਹੋ ਜਾਣੇ ਉਹ ਜੋ ਹੈਗਾ ਇਨਫਰਾਸਟ੍ਰਕਚਰ ਉਹ ਚੋਂ ਕਰੀ ਜਾਂਦੇ ਆ ਭਾਜੀ ਮੈਂ ਹੈਰਾਨ ਹੁੰਨਾ ਆ ਇਹ ਹੁਣ ਤੁਸੀਂ ਉਹ ਪੱਟੀ ਭਾਜੀ ਨੇ ਵਿੱਕੀ ਭਾਜੀ ਨੇ ਇਸ ਟਾਈਮ ਜੇ ਆਪਾਂ ਬੋਡੀ ਬਿਲਡਿੰਗ ਦੀ ਗੱਲ ਕਰੀਏ ਦੋ ਟੌਪ ਦੇ ਐਥਲੀਟ ਜਿਹੜੇ ਨੇ ਮੈਨਸ ਕਲਾਸ ਤੇ ਫਿਜ਼ੀਕ ਦੇ ਵਿੱਚ ਮੈਨਸ ਕਲਾਸਿਕ ਦੇ ਵਿੱਚ ਸੁਨਮਿਤ ਭਾਜੀ ਆ ਲਾਪ੍ਰਿਤ ਭਾਜੀ ਆ ਠੀਕ ਆ ਅੱਡੇ ਅੱਡੇ ਤਗੜੇ ਐਥਲੀਟ ਆ ਫਿਰ ਵੀ ਸਪੋਰਟਸ ਕੈਪੀਟਲ ਜਿਹੜੀ ਹੈ ਹਰਿਆਣੇ ਨੂੰ ਮੰਨਿਆ ਜਾਂਦਾ ਠੀਕ ਆ ਜੋਦੇ ਮੈਂ ਨਹੀਂ ਕਹਣਾ ਉਹ ਮਾੜੇ ਆ ਬਹੁਤ ਤਗੜੇ ਆ ਪਰ ਆਪਣੇ ਕੋਈ ਵੀ ਕਮੀ ਨਹੀਂ ਕੋਈ ਹੈਗੀ ਅੱਜ ਵੀ ਆਪਾਂ ਹਾਕੀ ਟੀਮ ਦੀ ਗੱਲ ਕਰ ਲਈਏ ਠੀਕ ਆ ਹਾਕੀ ਟੀਮ ਨੂੰ ਪ੍ਰੈਜ਼ੈਂਟ ਹੀ ਪੰਜਾਬ ਕਰਦਾ ਸੀ ਬਟ ਤੁਸੀਂ 올림픽 ਤੋਂ ਪਹਿਲਾਂ ਜਦੋਂ ਹਾਕੀ ਟੀਮ ਨੂੰ ਕੋਈ ਸਪੌਂਸਰ ਨਹੀਂ ਸੀ ਕਰ ਰਿਹਾ ਉਹ ਉੜੀਸਾ ਨੇ ਸਪੌਂਸਰ ਕੀਤਾ ਕਿੱਡੀ ਗੱਲ ਆਪਣੀ ਹੈ ਪੰਜਾਬ ਦੀ ਗੇਮ ਆ ਹਾਂ ਤੇ ਸਭ ਤੋਂ ਵੱਧ ਉਹਦੇ ਵਿੱਚ ਪੰਜਾਬੀ ਆ ਤੇ ਕੋਈ ਸਪੋਰਟ ਹੀ ਨਹੀਂ ਕਰ ਰਿਹਾ ਉਹ ਕਿੱਥੇ ਜਾ ਕੇ ਉੜੀਸਾ ਦੇਖ ਲਓ ਸਪੋਰਟ ਕਰ ਰਹੇ ਆ ਮੈਡਲ ਵੀ ਲੈ ਕੇ ਅਗਲੇ ਨੇ ਪ੍ਰੂਫ ਵੀ ਕੀਤਾ ਹੂੰ